ਉਹ ਕਈ ਲੋਕ ਸੀਧ ਹੋ ਚੁੱਕੇ ਨੇ ਔਰ ਮੈਂ ਚਾਹਨਾ ਇਹਨੇ ਲੋਕੀ ਦੀ ਪੱਕਾ ਕਰਨਾ ਚਾਹੀਦਾ ਕਸ਼ਮੀਰ ਵਿੱਚ ਆ ਕੱਢਿਆ ਗਿਆ ਉਹਨੇ ਨਠਾਇਆ ਗਿਆ ਹੁੰਦੀ ਹੈ ਮਾਂਵੇਂ ਧੀਏ ਦੀ ਬੱਚੀ ਦੀ ਬੇਇੱਜ਼ਤ ਕੀਤਾ ਗਿਆ ਉਹਨੇ ਲੋਕੀ ਦੀ 88 ਲੱਖ ਆਦਮੀ ਦੀ ਫਿਰ ਕਸ਼ਮੀਰ ਦਾ ਵਿੱਚ ਬਸਾਣਾ ਚਾਹੀਦਾ ਔਰ ਜਿਸ ਵੇਲੇ ਮੇਰੀ ਟਿਕਟ ਦੀ ਬਾਰੀ ਆਈ ਔਰ 25 ਸਾਲ ਦਾ ਬਾਅਦ ਇੱਕ ਟਿਕਟ ਸਾੜੀ ਓਪਨ ਹੋਈ 25 ਸਾਲ ਦਾ ਬਾਅਦ ਤੇ ਕਿਹਾ ਸੀ ਆ ਕੜ ਮਿਲਣਾ ਚਾਹੀਦਾ ਅਗਰ ਭਾਜਪੀ ਮੇਗੀ ਟਿਕਟ ਦਿੰਦੀ तो मैं वोट लिया जितना वोट तो क्यों नहीं टिकट दी भाई बाबा चंचल सिंह सच नहीं बोला जीतने वाले को बाजीगर कहते हैं एक ऐसे ही बाजीगर से मैं आपकी मुलाकात करवाने जा रहा हूं बाबा चंचल सिंह जो कि सोशल एक्टिविस्ट है और इन्होंने पहली बार डीडीसी चुनावों में हिस्सा लिया हालांकि जीत हासिल तो नहीं कर पाए लेकिन जनता का प्यार इन्हें बहुत मिला लगभग आठ हजार वोट जो है वो बाबा चंचल को मिले हैं जो कि सबसे बड़ी उपलब्धि है बाबा चंचल सिंह के लिए जम्मू के मुद्दों पर इससे बातचीत करेंगे क्योंकि सोशल एक्टिविस्ट हैं और जम्मू के मुद्दों को लेकर बाबा चंचल हमेशा अपनी आवाज़ उठाते आए हैं बाबा जी पहली बार आपने डीडीसी चुनावों में हिस्सा लिया जीत हासिल नहीं कर पाए लेकिन आठ हजार वोट आपने हासिल किए कितना प्यार जनता का आपको मिला ਸਰ ਜਨਤਾ ਨੂੰ ਪਿਆਰ ਬੜਾ ਸਾਰਾ ਪਿਆਰ ਦਿੱਤਾ ਜਨਤਾ ਜਿਹੜੀ ਭਗਵਾਨ ਦਾ ਰੂਪ ਹੈ ਆਖ ਦਿਨ ਮੈਂ ਸਾਖਦਾ ਆਂ ਭਈ ਵੋਟ ਦੇਣ ਵਾਲਾ ਜਿਹੜਾ ਉਹ ਭਗਵਾਨ ਦਾ ਰੂਪ ਹੈ ਭਗਵਾਨ ਵੋਟ ਦੇਣ ਵਾਲਾ ਜਿਹੜਾ ਉਹ ਭਗਵਾਨ ਦਾ ਰੂਪ ਹੈ ਵੋਟਰ ਲੈਣੇ ਵਾਲਾ ਵੋਟਰ ਦੀ ਪੈਰ ਨਹੀਂ ਤੂੜ ਅਸੀਂ ਵੋਟਰ ਦੀ ਕਦਰ ਕਰਨੀ ਚਾਹੀਦੀ ਵੋਟਰ ਜਿਹੜਾ ਇੱਕ ਭਗਵਾਨ ਦਾ ਰੂਪ ਹੈ ਅਸੀਂ ਵੋਟ ਵੋਟਰ ਦੀ ਕਦਰ ਕਰਨੀ ਚਾਹੀਦੀ ਔਰ ਵੋਟਰ ਦੀ ਅਗਰ ਕੋਈ ਜਿੱਤੀ ਹੁੰਦਾ ਤੇ ভোটার ਦਾ ਤੜਾ ਤੜ ਕੰਮ ਕਰਨਾ ਚਾਹੀਦਾ ਉਹਦੀ ਸੁਣਾਈ ਸੁਣਨੀ ਚਾਹੀਦੀ ਗਰੀਬ ਲੋਕ ਨੇ ਬਿਜਾਰੇ ਕੁੱਥੇ ਜੰਗਣੇ ਲੇਕਿਨ ਇਹ ਆ ਬਈ ਬੜੇ ਅੱਛੇ ਲੋਕ ਹਨ ਜਿਨੇ ਮੀਗੀ ਬੋਟ ਦਿੱਤੇ ਨੇ ਉਹ ਮੇਰੇ ਲਈ ਰੱਬ ਦਾ ਰੂਪ ਨੇ ਜਿਨੇ ਨਹੀਂ ਦਿੱਤੇ ਨੇ ਉਹ ਵੀ ਮੇਰੇ ਲਈ ਰੱਬ ਦਾ ਰੂਪ ਨੇ ਮੇਰੇ ਸਿਰ ਮੱਥਨ ਮੈਂ ਨਮਨ ਕਰਨਾ ਆਪਣੇ ਪੁਲਵਾਲ ਬਲਾਕ ਦੇ ਸਾਰੇ ਲੋਕੇ ਨੇ ਜਿਨੇ ਮੇਰਾ ਸੰਯੋਗ ਕੀਤਾ ਔਰ ਸਾਥ ਦਿੱਤਾ ਔਰ ਬੜਾ ਸਾਰਾ ਸਾਥ ਦਿੱਤਾ ਸਾਰੇ ਲੋਕੇ ਬਾਬਾ ਜੀ ਜੰਮੂ ਕੇ ਮੁੱਦੋ ਕੋ ਲੈ ਕੇ ਬਾਤ ਕਰਤੇ ਹਨ ਦਾਰਾ 370 ਕੋ ਹਟੇ ਹੋਏ 18 ਮਹੀਨੇ ਹੋ ਚੁਕੇ ਹਨ ਜੰਮੂ ਕੋ ਯੁਵਾ ਅੱਜ ਵੀ ਸੜਕੋ ਪਰ ਹੈ ਬਰਤੀ ਨਹੀਂ ਕਾਲੀ ਨਹੀਂ ਜਾ ਰਹੀ ਕੀ ਕਾਰਨ ਹੈ ਜੰਮੂ ਕੋ આજ ਵੀ ਸੜਕੋ ਤੇ ਉਤਨਾ ਪੜ ਰਹਾ ਆਪਣੀ ਇਨਸਾਫ ਕੇ ਲੀਏ ਨੇ ਸਰ ਜਿਹੜੇ ਸਾਡੇ ਜੰਮੂ ਦੇ ਮੁੱਦੇ ਨੇ ਉਹਦੇ ਵਿੱਚ ਮੈਂ ਕਾਫੀ ਅੱਗੇ ਵੀ ਬੋਲਦਾ ਆਂ ਔਰ ਬੋਲਾ ਕਰਦਾ ਸਾਡੇ ਕਾਫੀ ਮੁੱਦੇ ਨੇ ਜੰਮੂ ਦੇ ਜਿਹੜੇ ਮੇਰੀ ਨਜ਼ਰ ਵਿੱਚ ਨੇ ਪਹਿਲਾ ਨੰਬਰ ਤੋਂ ਮੈਂ ਸਰਕਾਰੀ ਸਕੂਲ ਔਰ ਪ੍ਰਾਈਵੇਟ ਸਕੂਲ ਜੰਮੂ ਦੇ ਲਗਭਗ ਸਾਰੇ ਸਕੂਲਾਂ ਵਿੱਚ ਮੈਂ ਆਪਣਾ ਚੱਕਰ ਲਾਇਆ ਔਰ ਵਿਧ ਤੁਹਾਡੀ ਮੀਡੀਆ ਦਾ ਥਰੂ ਗਿਆ ਦਿਖੀਆਂ ਮੈਂ ਸਕੂਲ ਦਾ ਵਿੱਚ ਕਿ ਕਿ ਕਵੀਆਂ ਕਿ ਕਮਜ਼ੋਰੀਆਂ ਕਿਹ ਸਕੂਲ ਐਸਣ ਜਿਹੜੇ ਬੜੇ ਪੁਰਾਣੇ ਸਕੂਲ ਬਣੇ ਨੇ ਅਜੇ ਤੱਕ ਰਵੇਰ ਵੀ ਨਹੀਂ ਹੋਇਆ ਉਹ ਸਕੂਲਾਂ ਦੀ ਤਰੱਕੀ ਨਹੀਂ ਹੋਈ ਪਾਈ ਕੰਮ ਨਹੀਂ ਹੋਇਆ ਔਰ ਸਰਕਾਰੀ ਸਕੂਲਾਂ ਦੇ ਵਿੱਚ ਪਾਣੀ ਨਹੀਂ ਬੱਚੇ ਹੁਣ ਗਰਮੀ ਆਵਾ ਕਰਨੀਆਂ ਅਗਲਾ ਮਹੀਨਾ ਔਰ ਮਿੱਗੀ ਮਹਿਤ ਤਾਂ ਬੱਚੇ ਦੇ ਪੀਣੇ ਵਾਸਤੇ ਪਾਣੀ ਨਹੀਂ ਮੈਂ ਗਵਰਨਰ ਸਾਹਿਬ ਅੱਗੇ ਕੇ ਅਪੀਲ ਕੀਤੀ ਸੀ ਗਵਰਨਰ ਸਾਹਿਬ ਤੁਸੀਂ ਨਵੇਂ-ਨਵੇਂ ਸਾਡੇ ਜੰਮੂ ਕਸ਼ਮੀਰ ਦਾ ਵਿੱਚ ਆਇਓ ਇਸ ਟਾਈਮ ਜੰਮੂ ਕਸ਼ਮੀਰ ਦੇ ਮਾਲਕ ਤੁਸੀਂ ਹੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅੱਗੇ ਵੀ ਮੈਂ ਅਪੀਲ ਕਰਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਫੀ ਜਿਹੜਾ ਪਾਣੀ ਆ ਬੱਚੇ ਨਹੀਂ ਉਹ ਦਿੱਤਾ ਜਾ ਉਹਨੇ ਮੈਂ ਕੱਖ ਵੀ ਆਦਾ ਲੇਕਿਨ ਬੱਚੇ ਨਹੀਂ ਪਾਣੀ ਆ ਜਿਹੜਾ ਉਹ ਦਿੱਤਾ ਜਾ ਔਰ ਸਰਕਾਰੀ ਸਕੂਲਾਂ ਦੇ ਕੰਮ ਕਰਵਾਏ ਜਾਣ ਮੈਂ ਚਾਹਨਾ ਕੋਈ ਸਰਕਾਰੀ ਟੀਮ ਆਵੇ ਸਰਕਾਰੀ ਸਕੂਲਾਂ ਦਾ ਦੌਰਾ ਕਰੇ ਦਿਖੇ ਸਰਕਾਰੀ ਸਕੂਲਾਂ ਵਿੱਚ ਕਮੀ ਕੀ ਹੈ ਬੜੀ ਸਾਰੀ ਕਮੀਆਂ ਸਰਕਾਰੀ ਸਕੂਲਾਂ ਦੇ ਵਿੱਚ ਜਿੱਥੋਂ ਸਾਡੇ ਗ੍ਰਾਹ ਦੇ ਲੋਕੇ ਦਾ ਬਬਿਸ ਸੁਰੂ ਹੋਣਾ ਅਗਰ ਉਹ ਸਕੂਲ ਕੇ ਠੀਕ ਨਹੀਂ ਹੋਗਣ ਉਹ ਮੰਦਰ ਕੇ ਠੀਕ ਨਹੀਂ ਹੋਗਣ ਤਾਂ ਸਾਡੇ ਲੋਕ ਤਰੱਕੀ ਕਿਥੋਂ ਕਰਨਗੇ बिल्कुल मम्मी जी आप अपनी हर एक स्पीच में सिक्योरिटी फोर्सेस की बात ज़रूर करते हैं बेल्ट फोर्स की अब बात आप करते हैं जम्मू कश्मीर में एक तबका ऐसे भी है जो अपनी आवाज़ उठा नहीं पाता मैं एस पी की बात कर रहा हूँ जम्मू कश्मीर पुलिस की जो एस पी लगे होते हैं कई लोग अपनी जान गंवा चुके हैं लेकिन आज वो अपनी स्थाई की मांग कर रहे हैं लेकिन अपनी आवाज़ नहीं उठा पाते इस पर आप क्या कहेंगे सर ਸੋ ਮੌਕੇ ਪਰ ਕੋਈ ਗੱਲ ਰਾਜਨੀਤੀ ਦੀ ਨਹੀਂ ਹੈ ਗੱਲ ਸਚਾਈ ਦੀ ਹੈ ਮੈਂ ਜਿੰਨੇ ਵੀ ਇੰਟਰਵਿਊ ਦੇਣਾ ਉਹ ਸਚਾਈ ਪਰ ਦੇਣਾ ਮੇਰਾ ਰਾਜਨੀਤੀ ਕਨੇ ਕੋਈ ਲੈਂਦੇ ਨਹੀਂ ਹੈ ਬੇਸਕ ਮੈਂ ਇਲੈਕਸ਼ਨ ਲੜੀ ਹੈ ਮੈਂ ਸੱਚੀਆਂ ਗੱਲਾਂ ਕਰਨਾ ਉਹ ਸਚਾਈ ਪਰ ਉਤਰਨੇ ਵਾਲਾ ਬੰਦਾ ਔਰ ਅੱਜ ਲੋਕ ਸਚਾਈ ਦੀ ਖਰਾ ਕੱਟ ਪਸੰਦ ਕਰਦੇ ਨੇ ਮੈਂ ਜਿੰਨੇ ਵੀ ਸਾਡੇ ਜਕੇਪੀ ਪੁਲਿਸ ਦੇ ਨੌਜਵਾਨ ਜਿਹੜੇ ਡੇਲੀ ਵਿੱਚ ਉਹ ਮੈਂ ਡੀਜੀ ਸਾਹਿਬ ਅੱਗੇ ਵੀ ਅਪੀਲ ਕੀਤੀ ਹੈ ਅੱਜ ਕੋ ਦੋ ਚਾਰ ਦਿਨ ਪਹਿਲਾਂ ਗਵਰਨਰ ਸਾਹਿਬ ਅੱਗੇ ਵੀ ਮੈਂ ਅਪੀਲ ਕੀਤੀ ਹੈ ਇਹਦੇ ਬਾਰੇ ਪਈ ਜਿਸ ਵਕਤ ਮਿਲਡੈਂਸੀ ਦਾ ਦੌਰਾ ਚਲਿਆ ਜਦੋਂ 32 ਸਾਲ ਪਹਿਲਾਂ ਔਰ ਇਹਨੇ ਲੋਕੇ ਜਿਹੜੇ ਸਾਡੇ ਦਿੱਲੀ ਵਾਲੇ ਨੌਜਵਾਨ ਸਾਰੇ ਕੋਲ ਪਹਿਲਾਂ ਗੰਨਾ ਚੁੱਕੀ ਅੱਗੇ ਜਾਣੇ ਵਾਲੇ ਲੋਕ ਕਿੰਨੇ ਲੋਕ ਸਿੱਧੋ ਚੁੱਕੇ ਔਰ ਮੈਂ ਚਾਹਨਾ ਇਹਨੇ ਲੋਕੇ ਨਹੀਂ ਪੱਕਾ ਕਰਨਾ ਚਾਹੀਦਾ ਅੱਜ ਸਾਡੇ ਡੀਜੀ ਸਾਹਿਬ ਜੰਮੂ ਕਸ਼ਮੀਰ ਦਾ ਵਿੱਚ ਜਦੂ ਦੇ ਆਏ ਦੇ ਔਰ ਮੇਰੇ ਖਿਆਲ ਚ ਕੋਈ ਵੀ ਅਗਰ ਘਟਨਾ ਜੰਮੂ ਕਸ਼ਮੀਰ ਦਾ ਵਿੱਚ ਉਹਨਾਂ ਵਾਲੀ ਹੁੰਦੀ ਹੈ ਤਾਂ ਡੀਜੀ ਸਾਹਿਬ ਦੀ ਫੋਰਸ ਹੈ ਜਿਹੜੀ ਉਸੇ ਪਹਿਲਾਂ ਕੈਪਚਰ ਕਰਦੀ ਹੈ ਪਹਿਲਾਂ ਉਸ ਚੀਜ਼ ਦੀ ਪਕੜ ਲੈਂਦੀ ਹੈ ਕੋਈ ਵੀ ਜੰਮੂ ਕਸ਼ਮੀਰ ਦਾ ਨਸਕਾਨ ਜਿਹੜਾ ਸਾਡੇ ਡੀਜੀਪੀ ਸਾਹਿਬ ਨੇ ਨਹੀਂ ਹੁੰਨ ਦਿੱਤਾ ਸਾਡੇ ਜੰਮੂ ਚ ਆਈਜੀ ਸਾਹਿਬ ਨੇ ਔਰ ਡੀਜੀ ਡੀਆਈਜੀ ਸਾਹਿਬ ਨੇ ਐਸਐਸਪੀ ਸਾਹਿਬ ਨੇ ਬਹੁਤ ਅੱਛਾ ਕੰਮ ਜਿਹੜੇ ਸਾਡੀ ਜਕੇਪੀ ਪੁਲਿਸ ਹੈ ਜਿਹੜੀ ਜੰਮੂ ਕਸ਼ਮੀਰ ਦਾ ਵਿੱਚ ਬੜੇ ਜ਼ਬਰਦਸਤ ਤਰੀਕੇ ਨਾਲ ਕੰਮ ਕਰਾ ਕਰਦੀ ਹੈ ਕੋਈ ਵੀ ਨਸਕਾਨ ਉਹਨਾਂ ਕੋਲ ਪਹਿਲਾ ਉਸ ਨਸਕਾਨ ਦੀ ਨਸਕਾਨ ਜਿਹੜੇ ਲੋਕ ਕਰਨੇ ਆ ਲੈਣ ਉਹਨਾਂ ਦੀ ਪਹਿਲਾ ਪੁਲਿਸ ਜਿਹੜੀ ਪਗੜ ਲਿਆ ਕਰਦੀ ਹੈ ਮੈਚਾਨਾ ਬਹੁਤ ਤੇਜ਼ੀ ਆਈ ਹੈ ਔਰ ਡੀਜੀ ਸਾਹਿਬ ਨੇ ਆਪਣੀ ਜਕੇਪੀ ਪੁਲਿਸ ਦੀ ਬਹੁਤ ਚਕੰਨਾ ਰੱਖਦਾ ਕੋਈ ਵੀ ਜੰਜੀਤ ਡੀਜੀ ਸਾਹਿਬ ਸਾਡੇ ਜੰਮੂ ਕਸ਼ਮੀਰ ਦਾ ਵਿੱਚ ਸਾਡੇ ਆਈਜੀ ਸਾਹਿਬ ਨੇ ਡੀਆਈਜੀ ਸਾਹਿਬ ਨੇ ਐਸਐਸਪੀ ਸਾਹਿਬ ਨੇ ਜਿੰਨੇ ਵੀ ਸਾਡੇ ਜਕੇਪੀ ਦੇ ਪੁਲਿਸ ਨੌਜਵਾਨ ਮੇਗੀ ਮੇ ਦਾ ਕੋਈ ਵੀ ਘਟਨਾ ਸਾਡੇ ਜੰਮੂ ਦਾ ਵਿੱਚ ਜੰਮੂ ਕਸ਼ਮੀਰ ਦਾ ਵਿੱਚ ਨਹੀਂ ਹੋ ਸਕਦੀ ਬਿਲਕੁਲ ਬਾਬਾ ਜੀ 4ਜੀ ਇੰਟਰਨੈਟ ਜੰਮੂ ਕਸ਼ਮੀਰ ਵਿੱਚ ਸ਼ੁਰੂ ਹੋ ਚੁੱਕਾ ਹੈ ਲਗਭਗ 18 ਮਹੀਨੇ ਕੇ ਬਾਅਦ ਜੰਮੂ ਮੇ 4ਜੀ ਇੰਟਰਨੈਟ ਕੋ ਸ਼ੁਰੂਆਤ ਕੀਤਾ ਗਿਆ ਕੀ ਲੱਗਤਾ ਹੈ ਕਿ ਕਿਤਨਾ ਬਿਹਤਰੀਨ ਸਟੈਪ ਹੈ ਜੰਮੂ ਕੇ ਯੁਵਾਉਂ ਕੇ ਲਈ ਸਰ 4G ਗਵਰਨਮੈਂਟ ਨੇ ਸੁਣੀ ਹੈ ਮੈਂ ਇਹਦੇ ਉੱਪਰ ਵੀ ਕੋਈ 10-15 ਇੰਟਰਵਿਊ ਦਿੱਤੇ ਹੈ ਭਾਈ 4G ਜਿਹੜਾ ਹੈ ਬਦ ਤੋਂ ਬਦ ਖੋਲਣਾ ਚਾਹੀਦਾ ਸਾਡੇ ਨੌਜਵਾਨੇ ਦੀ ਬੱਚੇ ਨਹੀਂ ਪੜਾਈਉ ਸਕਿਆ ਸਾਡੇ ਜਿਹੜੇ ਵੀ ਵਪਾਰੀ ਲੋਕਣ ਉਹਦਾ ਸੰਦੇਸ਼ ਦਿੱਲੀ ਤੱਕ ਆਈ ਸਕਾ ਉਹਦੇ ਇਹਦੇ ਕੰਨੇ ਕੰਨੇ ਕੁਝ ਬੁਰੇ ਲੋਕਣ ਜਿਹੜੇ ਆਪਣਾ ਗਲਤ ਕੰਮ ਕਰਨੇ ਵਾਸਤੇ ਆ ਵੀ ਸੰਦੇਸ਼ 4G ਪਰ ਦੇ ਸਕਦੇ ਨੇ ਇਸ ਕਰਕੇ ਗਵਰਨਮੈਂਟ 4G ਨਹੀਂ ਖੋਲਾ ਕਰਦੀ ਔਰ ਗਵਰਨਮੈਂਟ ਨੇ ਕੋਈ ਜਿੱਦ ਨਹੀਂ ਲੋਕਾਂ ਕੰਨੇ ਕੋਈ ਪਰੇਸ਼ਾਨੀ ਨਹੀਂ ਕੋਈ ਹੈ ਲੇਕਿਨ ਇੱਕਾ ਮਸਲਾ ਭਾਈ ਮਿਲ ਲੈਂਟ ਨੇ ਜਿਹੜੇ ਹੋਰ ਜੀਵਰ ਜਲਦੀ ਕੰਮ ਕਰਦੇਣ ਉਹ ਕੰਮ ਨਹੀਂ ਕਰ ਸਕਣ ਇਹ ਮਸਲਾ ਗਵਰਨਮੈਂਟ ਤਾਂ ਨਹੀਂ ਖੋਲਾ ਕਰਦੀ ਲੇਕਿਨ ਦੁਨੀਆ ਦੀ ਇੱਕ ਆਵਾਜ਼ ਹੀ ਔਰ ਸਾਡੇ ਗ੍ਰਹਿ ਮੰਤਰੀ ਸਾਡੇ ਆਪਣੇ ਮਿਤ ਸ਼ਾ ਜੀ ਉਹਨੇ ਜਲਦ ਤੋਂ ਜਲਦ ਇਹ ਖੋਲੀ ਦਿੱਤਾ ਹੁਕਮ ਦੇ ਦਿੱਤਾ ਔਰ ਬਹੁਤ ਅੱਛੀ ਗੱਲ ਹੈ ਲੇਕਿਨ ਇਹ ਦ ਕਨੇ ਕਨੇ ਇੱਕ ਜਿਹੜੇ ਬੁਰੇ ਲੋਕਣ ਉਹਨੇ ਦੀ ਵੀ ਇਸ ਚੀਜ਼ ਦਾ ਫਾਇਦਾ ਹੋ ਸਕਦਾ ਬਿਲਕੁਲ ਜੀ ਆਪਣੇ ਬੜੀਆਂ ਚੰਚੀਆਂ ਬਾਤਾਂ ਕੀ ਅਬ ਜੰਮੂ ਕਸ਼ਮੀਰ ਦਾ ਫਿਊਚਰ ਕਿਆ ਦੇਖਤੇ ਹਨ ਜੰਮੂ ਕਸ਼ਮੀਰ ਕੋ ਯੂਟੀ ਦਾ ਦਰਜਾ ਦਿਆ ਗਿਆ ਹੈ ਅਬ ਡਿਮਾਂਡ ਇਹ ਉੱਠ ਰਹੀ ਹੈ ਕਿ ਜੰਮੂ ਕਸ਼ਮੀਰ ਕੋ ਸਟੇਟ ਦਾ ਦਰਜਾ ਵਾਪਸ जो है वो मिलना चाहिए आप कितनी सहमति रखते हैं क्या कितनी जल्द जम्मू कश्मीर को स्टेट का दर्जा मिलेगा? देखो सर मैं सच्ची बात करता हूँ हम हिंदू मुसलमान सिख ईसाई सब भाई भाई हम जम्मू में रहते हैं एक थाली में खाते हैं सब एक हैं लेकिन जो वजह कश्मीर की है कश्मीर में जो मुद्दा है ये चीज वहां लागू होनी चाहिए कश्मीर बच्चे चीज लागू होनी चाहिए है कश्मीर जी खराबी चला दी है ਮਿਲਡੈਂਸੀ ਬੱਧਾ ਦੀ ਹੈ ਮਿਲਡੈਂਸੀ ਆਵਾ ਕਰਦੀ ਹੈ ਔਰ ਕੁਝ ਮੇਰੇ ਖਿਆਲ ਚ ਸਾਡੀ ਗਵਰਨਮੈਂਟ ਨੇ ਬੀਜਪੀ ਸਰਕਾਰ ਨੇ ਕਾਫੀ ਮਿਲਡੈਂਸੀ ਦੀ ਖਤਮ ਕੀਤਾ ਔਰ ਅੱਜ ਤੱਕ 19 ਮੇਰੇ ਖਿਆਲ ਚ 1947 ਕੋਲੇ ਲਈ ਅੱਜ ਤੱਕ 70 ਸਾਲ ਦਾ ਵਿੱਚ ਕੋਈ ਇਨੇ ਮਿਲਡੈਂਟ ਨਹੀਂ ਮਾਰੀ ਨਹੀਂ ਸਕਿਆ ਜਿੰਨੇ ਮਿਲਡੈਂਟ ਬੀਜਪੀ ਗਵਰਨਮੈਂਟ ਨੇ ਮਰਵਾਇਆ ਔਰ ਇਨੇ ਮਿਲਡੈਂਟੇ ਨਹੀਂ ਖਤਮ ਕੀਤਾ ਔਰ ਫਿਰ ਵੀ ਲੱਗਦਾ ਰਵਾ ਦਿਨ ਔਰ ਐਂਡ ਮੈਂ ਚਾਹਨਾ ਅਗਰ 370 ਗਵਰਨਮੈਂਟ ਨੇ ਤੋੜੀ ਹੈ ਤੇ ਬਾਹਰ ਦੇ ਲੋਕ ਨੇ ਜਿਹੜੇ ਜਿੰਨੀ ਕਸ਼ਮੀਰ ਦਾ ਵਿੱਚ ਸਰਕਾਰੀ ਜ਼ਮੀਨ ਹੈ ਜਿਹੜੀ ਇਹਦੀ ਜ਼ਮੀਨ ਹੈ ਜਿੰਨੀ ਵੀ ਜ਼ਮੀਨ ਗਵਰਨਮੈਂਟ ਦੀ ਹੈ ਉੱਥੇ ਬਾਹਰ ਦੇ ਲੋਕ ਬਸਾਣੇ ਚਾਹੀਦੇ ਨੇ ਜਿਹੜਾ ਅੱਠ ਕਸ਼ਮੀਰੀ ਪੰਡਤ ਕਿਸੇ ਕੋਈ ਟਾਈਮ ਦਾ ਕਸ਼ਮੀਰ ਵਿੱਚ ਆ ਕੱਢਿਆ ਗਿਆ ਉਹਨੇ ਨਠਾਇਆ ਗਿਆ ਹੁੰਦੀ ਹੈ ਮਾਂਵੇਂ ਧੀਏ ਦੀ ਬੱਚੀਆਂ ਦੀ ਬੇਇਸ਼ਤ ਕੀਤਾ ਗਿਆ ਉਹਨੇ ਲੋਕਾਂ ਦੀ 88 ਲੱਖ ਆਦਮੀ ਦੀ ਫਿਰ ਕਸ਼ਮੀਰ ਦਾ ਵਿੱਚ ਬਸਾਣਾ ਚਾਹੀਦਾ ਮੈਂ ਚਾਹਨਾ ਅਗਰ ਉਸ ਦੌਰਾਨ ਕਿਸੇ ਸਰਕਾਰ ਨੇ ਕੋਈ ਹੁੰਦੀ ਗੱਲ ਨਹੀਂ ਸੁਣੀ ਅੱਜ ਬੀਜੇਪੀ ਸਰਕਾਰ ਹੈ ਬੀਜੇਪੀ ਗਵਰਨਮੈਂਟ ਹੈ ਮੈਂ ਚਾਹਨਾ ਸਾਰੀ ਹਿੰਦੁਸਤਾਨ ਦੀ ਗਵਰਨਮੈਂਟ ਹੈ ਅੱਛੀ ਗਵਰਨਮੈਂਟ ਹੈ ਮੈਂ ਚਾਹਨਾ ਕਸ਼ਮੀਰੀ ਲੋਕੇ ਨੇ ਕਸ਼ਮੀਰ ਦਾ ਵਿੱਚ ਬਸਾਣਾ ਚਾਹੀਦਾ ਜਿਹੜੀ ਸਰਕਾਰੀ ਜ਼ਮੀਨ ਹੈ ਜਿਹੜੀ ਦੀ ਜ਼ਮੀਨ ਹੈ ਉਸੇ ਪੱਧਰਾ ਕਰੀਆ ਕਲੌਣੀਆਂ ਬਣਾਈਆ ਬਾਹਰ ਦੇ ਲੋਕ ਕਸ਼ਮੀਰ ਦਾ ਵਿੱਚ ਬਸਾਣੇ ਚਾਹੀਦੇ ਨੇ ਹਿੰਦੂ ਮੁਸਲਮਾਨ ਸਿੱਖ ਸਾਈ ਸਭ ਮਿਲ ਕਰ ਰਹੇ ਠੀਕ ਹੈ ਜਿੱਥੇ ਕੋਈ ਵੀ ਪਤਾ ਪਈ ਇੱਕ ਚੀਜ਼ ਕਸ਼ਮੀਰ ਦਾ ਵਿੱਚ ਆ ਬਾਰ ਬਾਰ ਬਰਾਈ ਹੋ ਆ ਕਰਦੀ ਬਰਾਈ ਉੱਠਾ ਦੀ 1947 ਦੁਲੀਏ ਕਸ਼ਮੀਰ ਦਾ ਵਿੱਚ ਬਰਾਈ ਕਿਉਂ ਹੈ ਕਸ਼ਮੀਰ ਦਾ ਵਿੱਚ ਮਿਲਡੈਂਟ ਕੌਣ ਇਹਦਾ ਏਜੰਟ ਕੌਣ ਹੈ ਇਹਦੇ ਠੇਕੇਦਾਰ ਕੌਣ ਕਿਉਂ ਇੱਡੇ ਡਾ ਵੱਡੇ ਮਿਲਡੈਂਟ ਜਿਹੜੇ ਇਸ ਦੇਸ਼ ਦੀ ਬਰਬਾਦ ਕਰਨਾ ਚਾਹੁੰਦੇ ਨੇ ਪਾਕਿਸਤਾਨ ਦੇ ਏਜੰਟ ਕੌਣ ਮੈਂ ਚਾਹਨਾ ਬੱਦ ਦੂ ਬੱਦ ਹਿੰਦੂ ਤਲਕੇ ਦੀ ਔਰ ਕਸ਼ਮੀਰੀ ਪੰਡਤੇ ਦੀ ਪੂਰੇ ਹਿੰਦੁਸਤਾਨ ਦਾ ਵਿੱਚ ਕੱਢਿਆ ਹਰ ਕਸ਼ਮੀਰ ਦਾ ਵਿੱਚ ਬਸਾਣਾ ਚਾਹੀਦਾ ਬਿਲਕੁਲ ਉਹ ਆਖਰੀ ਮੈਂ ਇਹ ਸਵਾਲ ਕਰਨਾ ਚਾਹਾਂਗਾ ਅਗਰ ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਕੇ ਚੁਣავ ਹੁੰਦੇ ਹੈ ਤਾਂ ਕੀ ਬਾਬਾ ਚੰਚਲ ਉਸ ਵਿੱਚ ਹਿੱਸਾ ਲੇਗੇ ਆਨੇ ਵਾਲੇ ਚੁਣავੋ ਮੈਂ ਸਰ ਅਗਰ ਜਨਤਾ ਦਾ ਹੁਕਮ ਹੋਇਆ ਪਹਿਲਾਂ ਵੀ ਮੇਗੀ ਜਨਤਾ ਨੂੰ ਹੁਕਮ ਕੀਤਾ ਹੈ ਇਲੈਕਸ਼ਨ ਲੜਨੇ ਵਾਸਤੇ ਔਰ ਮੈਂ ਚਾਹਨਾ ਸਾਡੇ ਜੰਮੂ ਦੇ ਨੌਜਵਾਨ ਇਹਦੇ ਲੋਕਾਂ ਦੇ ਬਾਰੇ ਸੋਚਿਆ ਜਾ ਅਸੇ ਜੰਮੂ ਦੇ ਨੌਜਵਾਨਾਂ ਦੀ ਕੋਈ ਹੱਕ ਨਹੀਂ ਮਿਲਦਾ ਨਾ ਮਿਲਿਆ ਮੈਂ ਚਾਹਨਾ ਅਗਰ 1000 ਨੌਕਰੀ ਸੈਂਟਰ ਗਵਰਨਮੈਂਟ ਦਿੰਦੀ ਹੈ ਸਾਡੇ ਜੰਮੂ ਕਸ਼ਮੀਰ ਦੇ ਵਿੱਚ 500 ਨੌਕਰੀ ਕਸ਼ਮੀਰ ਦੀ ਮਿਲਣੀ ਚਾਹੀਦੀ 500 ਨੌਕਰੀ ਸਾਡੇ ਜੰਮੂ ਦੇ ਨੌਜਵਾਨੇ ਦੀ ਮਿਲਣੀ ਚਾਹੀਦੀ ਹੈ ਲੇਕਿਨ ਸਾਡੇ ਜੰਮੂ ਦੇ ਨੌਜਵਾਨੇ ਦੀ ਕੋਈ ਨੌਕਰੀ ਨਹੀਂ ਮਿਲਦੀ ਅਗਰ ਨੌਕਰੀ ਕੋਈ ਕਸ਼ਮੀਰ ਦਾ ਵਿੱਚ ਆ ਪੋਸਟਾਂ ਲਿਕਲਦੀਆਂ 70 ਨੌਕਰੀਆਂ ਕਸ਼ਮੀਰ ਦਾ ਵਿੱਚ ਤੇ 20 ਨੌਕਰੀਆਂ ਜੰਮੂ ਦੇ ਵਿੱਚ ਆਲੀ ਤੇ ਕੋਈ ਮੈਂ ਸੋਚਦਾ ਕੋਈ ਉਹ ਜਿਹੜਾ ਕਾਨੂੰਨ ਲਾਗੂ ਹੋਣਾ ਚਾਹੀਦਾ ਉਹ ਲਾਗੂ ਨਹੀਂ ਬੇਦਬਾਬ ਕੋ ਖਤਮ ਕਰਨਾ ਚਾਹੀਏ ਸਾਡੇ ਜੰਮੂ ਦੇ ਨੌਜਵਾਨ ਮੰਦਰ ਅੱਛੇ ਨੌਜਵਾਨ ਸਾਡੇ ਮੁਸਲਮਾਨ ਵੀ ਹਨ ਜੰਮੂ ਦਾ ਵਿੱਚ ਹਿੰਦੂ ਵੀ ਹਨ ਸਿੱਖ ਵੀ ਹਨ ਸਾਈ ਵੀ ਹਨ ਅਗਰ ਇਹ ਸਾਰੀਆਂ ਕੌਮਾਂ ਬੜੇ ਅੱਛੇ ਤਰੀਕੇ ਨਾਲ ਰਵੱਈਏ ਹਨ ਕਸ਼ਮੀਰ ਦਾ ਵਿੱਚ ਕਿਹੜਾ ਐਡਾ ਵੱਡਾ ਕੋਈ ਵਿਰੋਧ ਹੈ ਜਿਹਦੇ ਵਿੱਚ ਕਸ਼ਮੀਰ ਦਾ ਵਿੱਚ ਇਹ ਚੀਜ਼ਾਂ ਨਹੀਂ ਹੋ ਸਕਦੀਆਂ ਅਗਰ ਕਸ਼ਮੀਰ ਦੇ ਲੋਕ ਪੂਰੇ ਜੰਮੂ ਦਾ ਵਿੱਚ ਜ਼ਮੀਨ ਖਰੀਦਦਾ ਦੇਣ ਪਲਾਟ ਲੈ ਦੇਣ ਰਵਾ ਦੇਣ ਆਵਾ ਦੇਣ ਯਾਦ ਦੇਣ ਜੰਮੂ ਵਾਲੇ ਹੁੰਦੇ ਕਿ ਨਾ ਖੋਸਣ ਤੇ ਮੈਂ ਜੰਮੂ ਵਾਲੇ ਹੀ ਪੁੱਛਣਾ ਚਾਹਨਾ ਯਾ ਕਸ਼ਮੀਰ ਦਾ ਵਿੱਚ ਮੀਗੀ 5 ਮਰਲੇ 10 ਮਰਲੇ ਜ਼ਮੀਨ ਲੀ ਜਾ ਲਾਲ ਚੌਕ ਦਾ ਵਿੱਚ ਦਿਓ ਕੋਈ ਲੈ ਸਕਦਾ ਲੈ ਸਕਦਾ ਨਹੀਂ ਲੈ ਸਕਦਾ ਕੀ ਵਜਾ ਕੀ ਹੈ ਆਸ ਕਸ਼ਮੀਰ ਦਾ ਵਿੱਚ ਜ਼ਮੀਨ ਲੱਚਾ ਤੇ ਕਸ਼ਮੀਰੀ ਸਾੜ ਕਹਿੰਦੇ ਨਰਫਤ ਕਰਦੇ ਨੇ ਅਗਰ ਕਸ਼ਮੀਰ ਦੇ ਲੋਕ ਜੰਮੂ ਦੇ ਵਿੱਚ ਜਗ੍ਹਾ ਲੈਣ ਤੇ ਜੰਮੂ ਦੇ ਲੋਕ ਖੋਸ ਹੁੰਦੇ ਨੇ ਇਹ ਜ਼ਮੀਨ ਸਮਾਨ ਦਾ ਫਰਕ ਹੈ ਮੈਂ ਚਾਹਨਾ ਸੁਧਾਰ ਦੀ ਜ਼ਰੂਰਤ ਹੈ ਜਿਹੜੀ ਉਹ ਕਸ਼ਮੀਰ ਦੀ ਹੈ ਜੰਮੂ ਦੀ ਨਹੀਂ ਹੈ कश्मीर भी है जम्मू के नौजवानों की हक मिलना चाहिए था। मैं इस वास्तव इलेक्शन लड़ना चाहना अगर एम एल ले इलेक्शन आई तो मैं जरूर लड़ांगा बहुत बहुत शुक्रिया बाबा जी हमसे बातचीत करने के लिए तो जम्मू को अपना हक हाँ दिलवाने के लिए बाबा चंचल विधानसभा चुनावों में हिस्सा लेंगे और जिस तरह से जम्मू में आज भी जम्मू के लोगों के साथ आज भी भेदभाव की राजनीति की जाती है इसे खत्म करना बहुत जरूरी है और जब जम्मू कश्मीर से धारा 370 को खत्म किया था तो भाजपा के नेताओं ने ही ये कहा था कि जम्मू के साथ जो भेदभाव होता आ रहा है इसे खत्म किया जाएगा लेकिन आज भी जम्मू अपनी आवाज को लेकर अपने हक़ के लिए सड़कों पर है जम्मू का युवा आ, सड़कों पर है और सवाल भाजपा के नेताओं से ही पूछे जाएंगे क्योंकि इन्होंने ही बड़े बड़े वादे जो है वो जम्मू कश्मीर के से, लोगों से किए चाहता एक बात मैं बीजेपी अपने बीजेपी पार्टी के कन्न हिंदुस्तान लेवल का प्रचार किया कश्मीर बिच मैं तिरंगा यात्रा की थी जम्मू के बच्च सब धर्म एक है मैं त्रै यात्रा कीतियाँ ਦਿੱਲੀ ਚ ਮੈਂ ਯਾਤਰਾ ਕੀਤੀ ਪਾਣੀਪੱਤ ਜ ਮੈਂ ਯਾਤਰਾ ਕੀਤੀ ਅਲੀਗੜ੍ਹ ਮੈਂ ਯਾਤਰਾ ਕੀਤੀ ਲਖਣਾਉ ਮੈਂ ਯਾਤਰਾ ਕੀਤੀ ਔਰ ਬਨਾਰਸ ਮੈਂ ਯਾਤਰਾ ਕੀਤੀ ਔਰ ਹਰ ਭਾਜਪੀ ਦਾ ਮੈਂ ਪਾਰਟੀ ਦਾ ਪ੍ਰਚਾਰ ਕੀਤਾ ਔਰ ਜਿਸ ਵੇਲੇ ਮੇਰੀ ਟਿਕਟ ਦੀ ਵਾਰੀ ਆਈ ਔਰ 25 ਸਾਲ ਦਾ ਬਾਅਦ ਇੱਕ ਟਿਕਟ ਸਾਡੀ ਓਪਨ ਹੋਈ 25 ਸਾਲ ਦਾ ਬਾਅਦ ਤੇ ਕਿਆ ਅਸੀਂ ਅੱਕ ਮਿਲਣਾ ਚਾਹੀਦਾ ਹ ਹ ਬਿਲਕੁਲ ਅੱਕ ਮਿਲਣਾ ਚਾਹੀਦਾ ਫਿਰ ਵੀ ਅਸੀਂ ਭਾਜਪੀ ਪਾਰਟੀ ਨਾ ਕਹਿੰਦੇਤਾ ਬਿਲਕੁਲ ਮੈਂ ਚਾਹਨਾ ਐਸੇ ਜਿਹੜੇ ਸਾਡੇ ਜੰਮੂ ਦੇ ਲੀਡਰਨ ਅਗਰ ਮੈਂ 8000 ਵੋਟ ਯਾਤ ਜਿਤਾਈ ਦੇ ਸਕਦੇ ਨੇ ਲੋਕ ਅਗਰ ਬੀਜੇਪੀ ਮੇਗੀ ਟਿਕਟ ਦਿੰਦੀ ਤਾਂ ਮੈਂ 3000 ਵੋਟ ਲਿਆ ਜਿਤਨਾ 3000 ਵੋਟ ਤਾਂ ਕਿਉਂ ਨਹੀਂ ਟਿਕਟ ਦਿੱਤੀ ਭਾਈ ਬਾਬਾ ਚੰਚਲ ਸਿੰਘ ਸੱਚ ਨਹੀਂ ਬੋਲਿਆ ਦਿੱਲੀ ਦਾ ਵਿੱਚ ਸੱਚ ਕਿਹਾ ਹੈ ਜੰਮੂ ਦੇ ਬਾਰੇ ਹਰਗਤ ਕਿਹਾ ਜੰਮੂ ਦੀ ਕਮਜ਼ੋਰੀ ਕਿਹਾ ਮੈਂ ਸਾਰੀਆਂ ਗੱਲਾਂ ਦਿੱਲੀ ਦਾ ਵਿੱਚ ਅਗਰ ਮੈਂ ਜਿੱਤ ਜਾਂਦਾ ਤਾਂ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅੱਗੇ ਰੱਖਣੀਆਂ ਹਾਂ ਆਪਣੇ ਮਿੱਤ ਸ਼ਾਗਰਾ ਮੰਤਰੀ ਜੀ ਅੱਗੇ ਰੱਖਣੀਆਂ ਹਾਂ ਮੇਰੇ ਸਿਰ ਦਾ ਤਾਜ ਰਾਜਨਾਥ ਸਿੰਘ ਜੀ ਮੈਂ ਉਹਦੇ ਗਏ ਗੱਲਾਂ ਰੱਖਣੀਆਂ ਹਨ ਪਰ ਸਾਡੇ ਜੰਮੂ ਦਾ ਵਿੱਚ ਫਲਾਣੀ ਕਮਜ਼ੋਰੀ ਹੈ ਅਸੀਂ ਜੰਮੂ ਦਾ ਸੁਧਾਰ ਕੀਤਾ ਜਾ ਲੇਕਿਨ ਮਿਗੀ ਟੈਕਟ ਨਹੀਂ ਦਿੱਤੀ ਗਈ ਭਾਈ ਕਿਉਂ ਨਹੀਂ ਟੈਕਟ ਦਿੱਤੀ ਗਈ ਸਭ ਤੋਂ ਬੀਜਪੀ ਦੇ ਜੰਮੂ ਦਾ ਵਿੱਚ ਜਿੰਨੇ ਲੀਡਰ ਹੈ ਸਭ ਤੋਂ ਵੱਡਾ ਕੰਮ ਸਭ ਤੋਂ ਵਧੀਆ ਕੰਮ ਸਮਾਜ ਸੇਵ ਦਾ ਮੈਂ ਕਿਤੇ ਦਾ ਔਰ ਮੇਰੇ ਕੋ ਸਬੂਤ ਹੈ ਹਰ ਚੀਜ਼ ਮੈਂ ਜਿਸ ਗੱਦੀ ਦੇ ਉੱਪਰ ਬੋਣਾ ਉਸ ਦਰਬਾਰ ਦਾ ਵਿੱਚ ਆ ਕਈ ਹਜ਼ਾਰਾਂ ਗਰੀਬੇ ਲੋਕਾਂ ਦਾ ਭਲਾ ਹੋਇਆ ਉਸ ਦਰਬਾਰ ਦਾ ਵਿੱਚਾ ਕਿ ਬਈ ਜਨਤਾ ਦਾ ਪੈਸਾ ਦਰਬਾਰ ਚ ਚੜਦਾ ਗਰੀਬੇ ਦਾ ਭਲਾ ਹੁੰਦਾ ਕੋਈ ਅਸੀਂ ਬੱਚੀ ਵਿਆਹ ਕੋਈ ਅਸੀਂ ਬੱਚੇ ਵਿਆਹ ਕੋਈ ਦੀ ਮਦਦ ਕਰ ਕੋਈ ਘਰ ਜਲਿਆ ਉਸ ਘਰ ਦੀ ਬਣਵਾ ਐਟ ਟਾਈਮ ਅਗਰ ਮੈਂ ਇਹ ਮਦਦਾਂ ਲੋਕੀਆਂ ਕਰਨਾ 20 ਸਾਲ ਦਾ ਮੈਂ ਕੰਮ ਕਰਦਾ ਬਣਾ ਤਾਂ ਫਿਰ ਮੇਗੀ ਟਿਕਟ ਕਿਉਂ ਨਹੀਂ ਦਿੱਤੀ ਇੰਹਾਂ ਦੇ ਬੀਜੇਪੀ ਦੇ ਜਿੰਨੇ ਵੀ ਲੀਡਰ ਜੰਮੂ ਦੇ ਆਣ ਸਭ ਮੇਰੇ ਕੋਲ ਘਰ ਆਉਂਦੇ ਨੇ ਦਰਬਾਰ ਚ ਆਉਂਦੇ ਨੇ ਮੈਂ ਆਉਂਦੇ ਕੋਲ ਜੰਨਾ ਇਸ਼ਤਮਾਨ ਕਰ ਦੇਣ ਤੇ ਜਦੋਂ ਮੇਰੇ ਹੱਕ ਦੀ ਵਾਰੀ ਆਈ 25 ਸਾਲ ਬਾਅਦ ਅਗਰ ਜੰਮੂ ਕਸ਼ਮੀਰ ਦਾ ਬੱਚੇ ਸੀਟ ਓਪਨ ਹੋਈ ਜੰਮੂ ਦਾ ਵਿੱਚ ਪਲਵਾਲ ਬਲਾਕ ਦੀ ਤਾਂ ਫਿਰ ਮੇਗੀ ਟਿਕਟ ਕਿਉਂ ਨਹੀਂ ਦਿੱਤੀ ਬਜਾ ਕੇ ਹੀ ਫਿਰ ਟਿਕਟ ਕਿਉਂ ਦਿੱਤੀ ਆਗੇ ਬਸੇ ਤੋਂ ਗਲਤ ਮੈਂ ਨਹੀਂ ਆ ਮੈਂ ਕੋਈ ਬੀਜੇਪੀ ਪਾਰਟੀ ਦੀ ਛੱੜਾ ਨਹੀਂ ਆ